ਸੋਡੀ ਪ੍ਰੋਡਕਸ਼ਨ ਦਾ ਧਾਰਮਿਕ ਉਪਰਾਲਾ।
ਗੁਰਸਿੱਖਾਂ ਮਨ ਵਧਾਈਆਂ ਛਿਲ ਮੇਰਾ ਸਤ ਗੁਰੂ ਡਿੱਠਾ ਰਾਮ ਰਾਜੇ ਵਧਾਈਆਂ ਗੁਰਸਿੱਖਾਂ ਮਨ ਵਧਾਈਆਂ ਬਧਾਈਆਂ ਗੁਰਸਿੱਖਾਂ
ਮਿੱਟੇ ਸੰਤਾ ਹੋਏ ਆਨੰਦ ਨਾ ਪਿਆਪੇ ਤਾਪ ਐਸੋ ਹੀਰਾ ਨਿਰਮਲ ਨਾਮ ਜਸ ਜਪਤ ਪੂਰਨ ਸਭ ਕਾਮ ਇਹੋ ਮਨ ਵੀਜ ਤਾਪਵਾ ਚਰਨ ਪੁਜਾਰੀ ਸਗਲ ਮਨੋਰਥ ਪੂਰਨ ਹਾਰੀ ਇਹੋ ਮਨ ਵੀਜ ਤਾਪਵਾ ਇਹੋ ਮਨ ਵੀਜ ਤਾਪਵਾ ਇਹੋ ਮਨ ਵੀਜ ਤਾਪਵਾ ਇਹੋ ਮਨ ਵੀਜ ਤਾਪਵਾ ਨਮਸਕਾਰ ਸਤਿਗੁਰ ਪੂਰਾ ਹਰ ਕੀਰਤਨ ਤਾਂ ਕੋ ਆਲਾ ਕਹੋ ਨਾਨਕ ਦਿਸ ਆਪ ਦਿਆ ਇਹੋ ਮਨ ਦੀਜੇ ਤਾਂ ਕੁਵਾ ਇਹੋ ਮਨ ਦੀਜੇ ਤਾਂ ਕੁਵਾ
मन दी देता कुवार, एगो मन दी देता कुवार। नमस्कार तको लखवा, गुरु तेग बहादुर महाराज जिन्हों की जय जयकार करन वास्ते एकत्र हो आओ, भावना बनाओ ते कीर्तन विच्चों गुरु जी दे दीदार करो। धन गुरु तेग बहादुर महाराज उम्र होएगी 4-5 साल, सतगुरां दे वड्डे भराता बाबा गुरदित्ता जी का ब्याह सी ते मां नानकी गुरु साहिब जी नूं सोहणे सोहणे वस्त्र पहनाउंदे ने, हत्थां विच कंगण भी पाए। लाल जी तुसां बरात दे नाल जाणा, समां बणिआ बाबा गुरदित्ता जी की बरात तुरी, जिथे बाबा गुरदित्ता जी घोड़े ते सवार ते पिछे ये भी दौड़े जा रहे। आप वेख्या जदों बरातां तुरदियां ने ते गरीब लोग आस पास खलो जाते ते फिर वह बरातियां वल भी तकते ने, शायद कोई दयावान साढ़े ते नजर करेगा ते साड़ी झोली कुछ पा देगा। ते गुरु तेग बहादुर महाराज सज्जे हाथ झात मारी की वेखिया, एक गरीबड़ी जी मां छोटे जे बच्चे नूं उंगल लाई है ते उस बच्चे दे तन ते कपड़े भी कोई नहीं, ठंड लगती है ते मां दियां लत्तां नूं चंबड़ी जाता है। जदों महाराज जी ने वेख्या तरस आ गया,
ਇਹਦੇ ਵੱਲ ਨੂੰ ਚਲੇ ਗਏ। ਕਿਉਂ ਵੀਰਾ ਤੂੰ ਕੱਪੜੇ ਕਿਉਂ ਨਹੀਂ ਪਾਏ? ਉਹ ਕਹਿੰਦਾ ਮੇਰੇ ਕੋਲ ਹੈ ਹੀ ਆਪਣੀ ਮਾਂ ਨੂੰ ਆਖ। ਕਹਿੰਦਾ ਮੇਰੀ ਮਾਂ ਕੋਲ ਸਮਰੱਥਾ ਨਹੀਂ। ਫਿਰ ਕੀ ਸੀ? ਸਤਸੰਗੀ ਹਾਣੀ ਸੀ, ਆਪਣੇ ਤਨ ਤੋਂ ਕੱਪੜੇ ਉਤਾਰੇ, ਉਹਨੂੰ ਦੇ ਦਿੱਤੇ, ਲੈ ਤੂੰ ਪਾ ਲੈ ਆਪਣੇ ਕੱਪੜੇ। ਉਹਨੂੰ ਪਾ ਦਿੱਤੇ, ਬਰਾਤ ਨਾਲ ਤੇ ਨਾ ਗਏ, ਘਰ ਨੂੰ ਮੋੜ ਆਏ। ਜਦੋਂ ਮਾਂ ਨੇ ਵੇਖਿਆ, ਲਾਲ ਜੀ ਤੁਹਾਡੇ ਵਸਤਰ ਕਿਹਨੇ ਲਾ ਲਏ? ਸਾਰੀ ਗੱਲ ਮਾਂ ਨੂੰ ਦੱਸਦੇ ਨੇ। ਮਾਂ ਇਸ ਤਰ੍ਹਾਂ ਇੱਕ ਗਰੀਬ ਖਲੋਤਾ ਸੀ, ਮੈਨੂੰ ਵੇਖ ਕੇ ਤਰਸ ਆ ਗਿਆ, ਮੈਂ ਆਪਣੇ ਕੱਪੜੇ ਉਹਨੂੰ ਦੇ ਆਇਆ। ਇੱਕ ਗੱਲ ਆਪਣੀ ਮਾਂ ਨੂੰ ਕਹਿੰਦੇ, ਕਹਿੰਦੇ ਮਾਂ ਮੇਰੀ ਤਾਂ ਤੂੰ ਹੁਣੇ ਹੀ ਲੋੜ ਪੂਰੀ ਕਰ ਦੇਵੇਂਗੀ, ਉਹਦੀ ਤਾਂ ਮਾਂ ਕੋਲ ਵੀ ਸਮਰੱਥਾ ਨਹੀਂ ਸੀ, ਮੈਂ ਆਪਣੇ ਕੱਪੜੇ ਉਹਨੂੰ ਦੇ ਆਇਆ। ਸੱਚੀ ਪਿਆਰੀ ਆ ਗਰੀਬ ਦਾ ਹੀ ਤਨ ਨਹੀਂ, ਆ ਜਦੋਂ ਹਿੰਦੁਸਤਾਨ ਨੂੰ ਲੋੜ ਪਈ, ਧੰਨ ਗੁਰੂ ਪਾਤਸ਼ਾਹ ਜੀ ਨੇ ਆਪਣੇ ਤਨ ਦੀ ਚਾਦਰ ਨਾਲ ਸਾਰੇ ਹਿੰਦੁਸਤਾਨ ਦੇ ਪਰਦੇ ਢੱਕ ਦਿੱਤੇ। ਆਪਣੇ ਤਨ ਦੀ ਚਾਦਰ ਨਾਲ ਹਿੰਦੁਸਤਾਨ ਦੇ ਪਰਦੇ ਢੱਕ ਦਿੱਤੇ। ਅੱਜ ਤਾਂ ਹੀ ਤੁਸੀਂ ਬਹੁਤ ਵੱਡੀ ਗਿਣਤੀ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਜੈ ਜੈਕਾਰ ਕਰਨ ਵਾਸਤੇ ਜੁੜੇ ਹੋ। ਆਓ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਆਰੇ ਜੈ ਬੋਲ ਜੈ ਜੈਕਾਰ ਜੈ ਜੈਕਾਰ ਉਹ ਜੈ ਜੈਕਾਰ ਕਰੇ ਸਭ ਕੋ ਹੋਈ।
ਓ ਕਿਰਪਾਲ ਜਾਈ ਤੇਰੇ ਨਾਮ ਜਿਸ ਨੂੰ ਬਖਸ਼ ਲਏ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਹਰ ਮਨ ਤਨ ਵਸਿਆ ਸੋਈ 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 ਜੈ ਜੈਕਾਰ ਜੈ ਜੈਕਾਰ ਜੈ ਜੈਕਾਰ ਕਰੇ ਸਭ ਕੋਈ ਜੈ ਜੈਕਾਰ ਕਾਰਜੋਗ ਸਾਧ ਸੰਗਤ ਜੀਓ, ਇਸ ਕੀਰਤਨੀਏ ਦੀ ਤੁਹਾਡੇ ਨਾਲ ਸਾਂਝ ਬਣੀ ਰਹੇ। ਗੁਰਮਤ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤਾ ਹਰ ਉਪਰਾਲਾ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ। ਬਿੱਲ ਵਾਲੇ ਆਈਕੋਨ ਨੂੰ ਜ਼ਰੂਰ ਦਬਾ ਦੇਣਾ ਜੀ।